ਕਾਪੀ ਕਹਿ ਸਕਦੇ ਹਾਂ। ਅਤੇ ਇਹਨੂੰ ਵੀ ਕਲਰਫੁੱਲ ਕਰਾਂਗੇ। ਸੋ ਇਹ ਸਟੇਜ ਆ ਜਿਹੜੀ ਬੇਸ ਤਿਆਰ ਹੋ ਚੁੱਕਿਆ। ਸੈਂਟਰ ਦੇ ਵਿੱਚ ਆਪਾਂ ਇਹਦੇ ਜ਼ੈਲੋ ਟਿਊਨ ਕਿਤੇ ਨਾ ਕਿਤੇ ਮਿਕਸ ਕਰ ਲੈਣੀ ਆ, ਤਾਂ ਕਿ ਇਹਦੇ ਵਿੱਚ ਆਪਾਂ ਕਲਚਰ ਦਿਖਾਉਣਾ, ਆਰਟ ਦਿਖਾਉਣੀ ਆ, ਮਿਊਜ਼ਿਕ ਦਿਖਾਉਣਾ, ਭੰਗੜਾ ਦਿਖਾਉਣਾ, ਉਹ ਸਾਰੀਆਂ ਚੀਜ਼ਾਂ ਰਿਲੇਟਡ ਆ, ਤਾਂ ਕਿ ਇੱਕ ਸਟੇਜ ਦਾ ਜਿਹੜਾ ਕਲਾ ਮੰਚ ਹੁੰਦਾ ਨਾ, ਉਹ ਇੱਕ ਤਰੀਕੇ ਨਾਲ ਜਾਂ ਇੱਕ ਚੀਜ਼ 'ਤੇ ਨਿਰਭਰ ਨਹੀਂ ਹੁੰਦਾ। ਤੁਸੀਂ ਦੇਖ ਸਕਦੇ ਹੋ ਯੈਲੋ ਦੇ ਉੱਪਰ ਦੀ ਔਰੇਂਜ ਸ਼ੇਡ ਲੱਗੀ ਆ। ਸੋ ਇਹਨੂੰ ਕਦੇ ਵੀ ਪੁਣਨਾ, ਤੋਂ ਚਾਹ ਪੁਣਨੀ ਦੇ ਨਾਲ ਆਪਾਂ ਨੂੰ ਰੰਗ ਪਾਉਣਾ ਪੈਂਦਾ ਇਹ 'ਚ। ਸੋ ਇਹ ਤੋਂ ਉੱਪਰ ਪਿੰਕ ਆ ਜਿਹੜਾ ਕਲਰ ਕੰਬੀਨੇਸ਼ਨ ਆਰਟ ਦੇ ਵਿੱਚ ਸਭ ਤੋਂ ਵੱਧ ਮਾਇਨੇ ਰੱਖਦੀ ਆ, ਕਿਉਂਕਿ ਕਲਾ ਜਿੰਨੀ ਮਰਜ਼ੀ ਤਕੜੀ, ਬਣਾਵਟ ਜਿੰਨੀ ਮਰਜ਼ੀ ਤਕੜੀ ਬਣਾ ਲਓ, ਜਿੰਨਾ ਟਾਈਮ ਤੁਹਾਡੀ ਕਲਰ ਕੰਬੀਨੇਸ਼ਨ ਨਹੀਂ ਸਹੀ, ਕੋਈ ਵੀ ਚੀਜ਼ ਪਰਫੈਕਟ ਨਹੀਂ ਲੱਗ ਸਕਦੀ। ਸੋ ਸਾਈਡਾਂ ਦੇ ਉੱਤੇ ਆਪਾਂ ਕਲਾ ਬਣਦੀ ਹੈ ਨਾ। ਸੋ ਇੱਕ ਵਾਰੀ ਫਿਰ ਰਿਕੁਐਸਟ ਕਰਦਾ ਕਿ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ, ਹੈ ਨਾ।